ਚੰਗਾ ਕਿੱਲਾ ਪੀਣ ਪਿਆ ਤੁਹਾਡੇ ਪਰੌਂਠਿਆਂ ਦਾ ਹੈ। ਸਵੇਰੇ 8 ਵਜੇ ਤੋਂ ਲੈ ਕੇ ਹੁਣ ਕਿੰਨਾ ਟਾਈਮ ਹੋ ਗਿਆ, ਮੇਰੇ ਹਿਸਾਬ ਨਾਲ 9 ਦਾ ਟਾਈਮ ਹੋ ਗਿਆ ਹੋਣਾ। ਤੁਹਾਡੇ ਪਪੀਤਿਆਂ ਦੀਆਂ ਰੋਟੀਆਂ ਨੇ ਚੰਗਾ ਖਪਾਇਆ ਜੇ ਨਾਲੇ ਉਂਝ ਵੀ ਮੰਮੀ ਦੀ ਗੱਲ ਸੁਣੋ, ਰਾਤ ਨੂੰ ਜਿਹੜਾ ਜਿੱਦਾਂ ਰਾਤ ਨੂੰ ਜਿਹੜਾ ਕੰਮ ਹੌਲਾ ਕਰ ਲੈਣਾ ਉਹਦੇ ਵਰਗੀ ਰੀਸ ਵੀ ਨੀ ਹੈਗੀ। ਰਾਤ ਦਾ ਕਮਾਇਆ ਤੇ ਪੇਕਿਆਂ ਤੋਂ ਆਇਆ ਇੱਕ ਬਰਾਬਰ ਹੁੰਦਾ। ਪਤਾ ਕਿ ਨਿਆਣੇ ਫਿਰ ਸਵੇਰੇ ਸਾਰੇ ਆ ਜਾਂਦੇ, ਜਦੋਂ ਇੱਧਰ ਫਿਰ ਨਹੀਂ ਹੁੰਦਾ। ਤੁਸੀਂ ਸਵੇਰੇ ਸਾਨੂੰ ਪਰੌਂਠੇ ਖਵਾ ਲਓ, ਹਾਫ ਕੱਟ ਲਓ ਨਾ ਇੱਦਾਂ ਇੱਦਾਂ। ਹਾਂ ਵਿਆਹ ਸਿਆਣੀ ਧੀ ਆ, ਸਿਆਣੀ ਮੰਮੀ ਜੀ ਤੁਹਾਡੀ ਧੀ ਬੜੀ ਸਿਆਣੀ ਹੋ ਗਈ ਹੈ। ਕਰਦਾ ਪਤਾ ਨੀ ਨਵੀਆਂ ਜਿਹੜੀਆਂ ਪਤਾ ਨੀ ਕਿੱਦਾਂ ਉਹ ਬਈ ਮੰਮਾ ਕਰਦਾ ਉਹ ਨੀ ਕੱਟਦੀ ਜ਼ਿੰਦਗੀ। ਇੱਕ ਹੋਰ ਖੱਟੀ ਜਿਹੀ ਮੱਠੀ ਮੁੱਠੀ ਵਾਲੀ ਆ ਉਹ ਵੀ ਖੱਟੀ ਜਿਹੀ ਮੁੱਠੀ ਵਾਲੀ ਉਹ ਨਹੀਂ ਨਹੀਂ ਉਹ ਨਹੀਂ ਉਹ ਦੂਜੀ ਆ। ਸਬਜੀਤ ਸਬਜੀਤ ਦੀਆਂ ਮੰਮਾ ਕੱਟ ਟੋਪੀ ਆ ਢਿੱਡ ਦੇ ਬਦਲੇ ਕੀ ਕੀ ਕਰਨਾ ਪੈਂਦਾ। ਜੇ ਤੁਸੀਂ ਚਿਪਸ ਬਣਾਉਣੇ ਆ ਉਹਨਾਂ ਦੇ ਤੇ ਉਹ ਵਾਲਾ ਬਣਾ ਕੇ ਟਰਾਈ ਕਰੋ ਬਣਾ ਫਿਰ ਕੀ ਆ ਸਵੇਰੇ ਖਾਣੇ ਪਰੌਂਠੇ ਰਾਤ ਰਾਤ ਇਹਨੂੰ ਲੱਗੇ ਵੀ ਰਹੋ ਫਿਰ ਕਿਹੜੀ ਗੱਲ ਕੀ ਆ ਕੁੱਤਾ ਭੋਂ ਗਿਆ ਵਾ ਨਹੀਂ ਪਰ ਠੀਕ ਵੱਜੀ ਜਿੱਦਾਂ ਕਹਿੰਦੇ ਨਾ ਬੁਲਾਇਆ ਵੀ ਬੱਲੇ ਬੱਲੇ ਕੱਲ ਦੇ ਪਪੀਤੇ ਤੋੜੇ ਆ ਤੇ ਲੈ ਵੀ ਕੱਲ ਤੋਂ ਲੈ ਕੇ ਹੁਣ ਤੱਕ ਬਿੱਲੀ ਕਸ ਕਰੀ ਜਾਣ ਡੇ ਆ ਕਰੀ ਜਾਣ ਡੇ ਆ ਬਗੈਰ ਇਹਨਾਂ ਤੋਂ ਬਣੇ ਹੀ ਨਹੀਂ ਆ ਤੁਹਾਡੇ ਤੋਂ ਬਗੈਰ ਬਣੇ ਨਹੀਂ ਆ ਬਣਦੇ ਪਤਾ ਕੀ ਗੱਲ ਬਣਦੀ ਗੱਲ ਨਹੀਂ ਆ ਆਪ ਦੇ ਦੋਵੇਂ ਨੇ ਖਾ ਜਾਣ ਵਾਲੇ ਪਰੌਂਠੇ ਨਿਕਲ ਗਏ ਤੇ ਅਸੀਂ ਮਗਰ ਨਿਆਣੇ ਦੇ ਵਿੱਚ ਕੱਲ ਸਵੇਰ ਦੇ 10 ਵਜੇ ਦੀ 11 ਵਜੇ ਦੀ ਲੱਗੀ ਅੱਜ ਫੇਰ 11 ਵਜੇ ਕੱਲ ਅਸਲ ਚ ਸਾਰਿਆਂ ਨੇ ਆਲੂ ਵਾਲੇ ਖਾ ਲੈ ਨਾ ਤਾਂ ਕਰਕੇ ਪਪੀਤੇ ਵਾਲੇ ਰਹਿ ਗਏ ਸਾਰਿਆਂ ਨੇ ਨਹੀਂ ਖਾਦੇ ਤੁਸੀਂ ਪਪੀਤੇ ਵਾਲੇ ਖਾਦੇ ਸੀ ਸਿੰਪਲ ਰੋਟੀਆਂ ਖਾਦੀਆਂ ਸਿੰਪਲ ਹੀ ਖਾਦੀਆਂ ਇਹਨਾਂ ਦਾ ਰਾਦਾ ਕਿ ਪਪੀਤੇ ਖਤਮ ਕਰਕੇ ਜਾਈਏ ਖਤਮ ਕਰਕੇ ਜਾਈਏ 2 ਦਿਨਾਂ ਬਾਅਦ ਅਜੇ ਰੋਟੀਆਂ ਹਾਂਜੀ ਪੁੱਤੂ ਜੀ ਸਵਾਦ ਬੜੇ ਬਣਦੇ ਉਦਾਂ ਪਪੀਤੇ ਦੇ ਪਰੌਂਠੇ ਪਪੀਤਾ ਪਪੀਤਾ ਇੱਕ ਇਹੋ ਜਿਹੀ ਚੀਜ਼ ਵਾ ਹੈ ਜਿਹੜਾ ਪੱਕਣ ਤੋਂ ਬਾਅਦ ਕਿੰਨਾ ਵਧੀਆ ਫਰੂਟ ਕੱਚਾ ਜਦੋਂ ਹੁੰਦਾ ਉਦੋਂ ਸਬਜ਼ੀ ਵੀ ਬਣ ਜਾਂਦੀ ਹੈ ਜੀ ਪਰੌਂਠੇ ਵੀ ਬਣਾ ਲਈਦੇ ਹੈ ਕਹਿੰਦਾ ਹੋਣਾ ਨਾ ਮੈਨੂੰ ਕੱਚੇ ਨੂੰ ਛੱਡ ਦੇ ਨਾ ਮੈਨੂੰ ਪੱਕੇ ਨੂੰ ਛੱਡ ਦੇ ਮੈਂ ਕਿੱਦਾਂ ਦਾ ਪਪੀਤਾ ਕਹਿੰਦਾ ਨਾ ਮੈਂ ਕਿੱਦਾਂ ਦਾ ਪਪੀਤਾ ਕਿਸੇ ਨੇ ਮੈਨੂੰ ਬਿੱਲੀ ਕਸ਼ ਕਰਕੇ ਪੀਤਾ ਕਿਸੇ ਨੇ ਪੱਕਣ ਤੋਂ ਬਾਅਦ ਪੀਤਾ ਬਿੱਲੀ ਕਸ਼ ਹੀ ਹੋ ਰਿਹਾ ਪੱਕਣ ਵੀ ਨਹੀਂ ਆਇਆ ਪੱਕਣ ਵੀ ਡਿਆ
ਸਹੀ ਗੱਲ ਆ, ਕਿਸੇ ਨੇ ਜੂਸ ਬਣਾ ਕੇ ਪੀਤਾ, ਹਾਏ ਹੋ ਪਪੀਤੇ ਦਾ ਜੂਸ ਵੀ ਬਣ ਜਾਂਦਾ ਸੱਚ, ਕਿਸੇ ਨੇ ਕੱਟ ਕੱਟ ਕੇ ਖਾਦਾ, ਸਹੀ ਗੱਲ ਆ। ਇਧਰ ਮੰਮੀ ਸਾਡੀ ਇੰਤਜ਼ਾਰ ਚ ਬੈਠੀ ਆ, ਬੀਜੀ ਵੀ ਇੰਤਜ਼ਾਰ ਚ ਆ, ਸਾਡੀ ਮਾਣੋ ਵੀ ਇੰਤਜ਼ਾਰ ਚ ਆ, ਕੱਦੂਆਂ ਦੇ ਵੀ ਪੱਕ ਜਾਂਦੇ ਨੀ ਰਵਿੰਦਰ, ਕੱਦੂਆਂ ਦੇ ਪਰੌਂਠੇ ਵੀ ਪੱਕਦੇ ਓ, ਵੈਸੇ ਇੱਕ ਗੱਲ ਵਾ ਮੰਮੀ ਸਾਡੀ ਸਬ ਰੋਟੀ ਪਾਣੀ ਸਬਜ਼ੀ ਪਾਣੀ ਬਣਾਉਣ ਦੇ ਵਿੱਚ ਜਿੱਦਾਂ ਦੀ ਸਬਜ਼ੀ ਪਾਣੀ ਦਾਲ ਮੰਮੀ ਬਣਾ ਦਿੰਦੀ ਆ ਨਾ, ਓਦਾਂ ਦੀ ਕੋਈ ਬਣਾਉਂਦਾ ਨਹੀਂ। ਰੋਟੀ ਪਾਣੀ ਦਾਲ ਸਬਜ਼ੀ ਕੋਈ ਮੁਕਾਬਲਾ ਨੀ ਕਰ ਸਕਦਾ, ਬਸ ਮੰਮੀ ਮੂਡ ਚ ਹੋਵੇ ਬਣਾਉਣ ਦੇ ਹਨਾ ਹਨਾ, ਵੱਟ ਕੱਢ ਦਿੰਦੇ ਵੱਟ, ਕਿਉਂਕਿ ਉਦੋਂ ਉਹਨਾਂ ਦਾ ਪੂਰਾ ਹੁੰਦਾ ਨਾ ਮੂਡ ਬਣਾਉਣ ਦਾ ਚੀਜ਼। ਵੱਡੇ ਮਾਮੇ ਨੇ ਵੀ ਜਾਣਾ ਤਾਂ ਮੰਮੀ ਨੇ ਦਾਲ ਰੋਟੀ ਖਾ ਕੇ ਹੋਣੀ ਮਾਮੇ ਨੇ, ਉਥੋਂ ਪਤਾ ਨਾ ਵੀ ਦਾਲ ਸਬਜ਼ੀ ਬਹੁਤ ਸਵਾਦ ਬਣਾਈ ਹੁੰਦੀ ਬਹੁਤ। ਤਰਨ ਵੀ ਇਹ ਗੱਲ ਨੂੰ ਯਾਦ ਕਰ ਲੂਗਾ ਵੀ ਪਕੌੜੇ ਦੇ। ਚਲ ਕੋਈ ਨਹੀਂ ਹੁਣ ਤਰਨ ਭਾਜੀ ਨੇ ਆਉਣਾ ਵਾ ਨਾ, ਉਦੋਂ ਮੰਮੀ ਸਾਡੀ ਪਕੌੜੇ ਬਣਾਉਣਗੇ। ਠੀਕ ਆ ਮੰਮੀ, ਠੀਕ ਆ ਠੀਕ ਆ ਠੀਕ ਆ ਬਣਾਵਾਂਗੇ। ਮਿਲ ਗਈ ਰੋਟੀ, ਮਿਲ ਗਈ ਰੋਟੀ, ਸਵਾਦ ਬਣੀ ਆ ਬਹੁਤ ਸਵਾਦ, ਚਲੋ ਖਾਓ ਫਿਰ ਛਕੋ।